ਜਿੱਥੇ ਵੱਡੀ ਸਾਜ਼ਿਸ਼ ਦੀ ਗੱਲ ਆਉਂਦੀ ਹੈ ਨਾ, ਉੱਥੇ ਸਾਡੇ ਸਰੂਪ ਦੀ ਗੱਲ ਨਹੀਂ, ਉੱਥੇ ਸਾਡਾ ਧਰਮੀ ਹੋਣਾ ਰੜਕਦਾ, ਉੱਥੇ ਸਾਡੀ ਗੈਰਤ ਰੜਕਦੀ ਹੈ। ਸਰੂਪ ਉਸ ਵਿੱਚ ਕਿਸੇ ਵਿੱਚ ਰਹਿ ਕੇ ਵੀ ਕੋਈ, ਪਰ ਉਹਨਾਂ ਨੂੰ ਜੇ ਜਦੋਂ ਰੜਕੀ ਆ ਗੈਰਤ ਰੜਕੀ। ਦੇਖੋ ਅਗਰ ਕੋਈ ਚੀਜ਼ ਕਿਸੇ ਨੂੰ ਰੜਕਦੀ ਆ, ਇਹਨਾਂ ਨੂੰ ਰੜਕਦੀ ਹੈ ਅਤੇ ਇਹ ਰੜਕਦੀ ਹੈ, ਜਿਵੇਂ ਬੇਨਤੀ ਕੀਤੀ, ਤੁਸੀਂ ਕਿਉਂ ਪੜ੍ਹਦੇ ਹੋ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਕਿ ਮੈਂ ਆਖਾਂਗਾ ਸਰਕਾਰ ਨੂੰ ਸ਼ਾਇਦ ਸਾਡਾ ਸਰੂਪ ਨਹੀਂ ਰੜਕਦਾ ਵਾਲੀ ਗੱਲ ਸ਼ਾਇਦ ਬਹੁਤੀ ਵਾਜਬ ਨਾ ਹੋਵੇ। ਹਾਂ, ਬਹੁਤ ਥਾਂ ਇਹ ਗੱਲਾਂ ਹੋਈਆਂ ਨੇ, ਜਿਵੇਂ ਦਿੱਲੀ ਦੇ ਬਾਜ਼ਾਰਾਂ ਵਿੱਚ ਹੋਇਆ, ਹੋਰ ਕੁਝ ਹੋਇਆ, ਕੇਵਲ ਸਰੂਪ ਦੇਖ ਕੇ ਸਭ ਕੁਝ ਕੀਤਾ। ਪਰ ਜਿੱਥੇ ਵੱਡੀ ਸਾਜ਼ਿਸ਼ ਦੀ ਗੱਲ ਆਉਂਦੀ ਹੈ ਨਾ, ਉੱਥੇ ਸਾਡੇ ਸਰੂਪ ਦੀ ਗੱਲ ਨਹੀਂ, ਉੱਥੇ ਸਾਡਾ ਧਰਮੀ ਹੋਣਾ ਰੜਕਦਾ, ਉੱਥੇ ਸਾਡੀ ਗੈਰਤ ਰੜਕਦੀ ਹੈ, ਉੱਥੇ ਇਹ ਗੱਲ ਰੜਕਦੀ ਹੈ ਕਿ ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਭਾਈ ਤੁਰਦਰਗਾਹੋਂ ਲਈ ਪਾਤਸ਼ਾਹੀ ਸ੍ਰੀ ਸਤਿਗੁਰ ਕੇ ਮੁਖ 'ਤੇ ਪਾਈ, ਇਹ ਕਿਉਂ ਪੜ੍ਹਦੇ ਹੋ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਦੇਖੋ ਸਾਡਾ ਧਰਮੀ ਹੋਣਾ ਰੜਕਦਾ, ਕਿਉਂਕਿ ਧਰਮੀ ਮਨੁੱਖ ਸੀਸ ਦੇ ਦਿੰਦਾ ਪਰ ਉਹ ਸੌਦਾ ਨਹੀਂ ਕਰਦਾ, ਉਹ ਸੀਸ ਦੇ ਦਿੰਦਾ ਸਿਰ ਨਹੀਂ ਤਿਆਗਦਾ। ਜਿਹੜੀ ਗੱਲ ਕਰ ਦਿੱਤੀ ਉਹਦੇ ਲਈ ਉਹ ਗੱਲ ਬਿਲਕੁਲ ਸੱਚ ਹੈ ਔਰ ਉਹਦੇ 'ਤੇ ਪਹਿਰਾ ਦਿੰਦਾ। ਅਤੇ ਪੋਲੀਟੀਕਲ ਬੰਦੇ ਜਿਹੜੇ ਨੇ ਉਹਨਾਂ ਦੇ ਕਹਿਣ ਪਿੱਛੇ ਵੀ ਮਤਲਬ ਹੋਰ ਹੁੰਦਾ, ਉਹਨਾਂ ਦੇ ਕਰਨ ਪਿੱਛੇ ਵੀ ਹੋਰ ਹੁੰਦਾ। ਜੋ ਕਹੀ ਆ ਉਹ ਜ਼ਰੂਰੀ ਨਹੀਂ ਕਰਨ, ਹੋ ਸਕਦਾ ਉਹਦੇ ਬਿਲਕੁਲ ਯੂ ਟਰਨ ਮਾਰ ਕੇ ਉਹਦੇ ਦੂਜੇ ਪਾਸੇ ਵਿਰੋਧ ਵਿੱਚ ਭੁਗਤ ਜਾਣ। ਹੁਣ ਮੈਂ ਬੇਨਤੀ ਕਰਾਂ ਲੀਡਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨਾਲੋਂ ਵੱਡੀਆਂ ਵੱਡੀਆਂ ਟਾਰਾਂ ਮਾਰਨ ਵਾਲੇ ਸਨ, ਲੈਕਚਰ ਦੇਣ ਵਿੱਚ ਸੰਤਾਂ ਨਾਲੋਂ ਵੱਧ ਮੁਹਾਰਤ ਰੱਖਣ ਵਾਲੇ ਉੱਥੇ ਮਹਿਸੂਸ ਸਨ, ਦਾੜੇ ਵੀ ਸੰਤਾਂ ਨਾਲੋਂ ਵੱਧ ਪ੍ਰਕਾਸ਼ ਸਨ ਅਤੇ ਸੰਤਾਂ ਨਾਲੋਂ ਕਿਰਪਾਨਾਂ ਵੀ ਉਹਨਾਂ ਦੇ ਗਲਗਾਂ ਵਿੱਚ ਵੱਡੀਆਂ ਪਈਆਂ ਹੋਈਆਂ ਸਨ। ਪਰ ਗੱਲ ਕੀ ਸੀ? ਗੱਲ ਕੇਵਲ ਇੰਨੀ ਕਿ ਉਹਨਾਂ ਦੀ ਕਹਿਣੀ ਅਤੇ ਕਰਨੀ ਦਾ ਫਰਕ ਸੀ, ਅੰਤਰ ਸਿਰਫ ਇੱਥੇ ਆ ਕੇ ਨਿਬੜਦਾ। ਹਵਾ ਦਾ ਰੁੱਖ ਦੇਖ ਕੇ ਉਹ ਛੱਜ ਲਾਉਂਦੇ ਸਨ, ਉਹਨਾਂ ਨੇ ਬਿਆਨ ਸੰਤਾਂ ਨਾਲੋਂ ਕਰੜੇ ਕਰੜੇ ਦਿੱਤੇ, ਪਰ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆਂ ਵਾਲੀ ਗੱਲ ਸੀ ਉਹਨਾਂ 'ਤੇ। ਦੇਖੋ ਅੱਜ ਵੀ ਜਿਨ੍ਹੀ ਗੈਰਤ ਤਿਆਗ ਦਿੱਤੀ, ਜਿਨ੍ਹਾਂ ਆਪਣੇ ਨੇ ਧਾਰਮਿਕ ਨਿਗਰਤਾ ਤਿਆਗ ਦਿੱਤੀ, ਜਿਨ੍ਹਾਂ ਨੇ ਮਨ ਵਿੱਚੋਂ ਰੜਕ ਖਤਮ ਕਰ ਦਿੱਤੀ, ਉਹ ਅੱਜ ਵੀ ਇਹ ਮੌਜੂਦਾ ਸਰਕਾਰ ਵਿੱਚ, ਪਿਛਲੀਆਂ ਸਰਕਾਰਾਂ ਵਿੱਚ ਵੀ ਅਤੇ ਮੌਜੂਦਾ ਵਿੱਚ ਵੀ ਕਹਿ ਲਓ, ਸਿੱਖੀ ਸਰੂਪ ਦੇ ਹੁੰਦਿਆਂ ਵੀ ਉਹ ਉੱਚੀਆਂ ਪਦਵੀਆਂ 'ਤੇ ਰਹੇ ਨੇ, ਉਹ ਮੁੱਖ ਮੰਤਰੀ ਰਹੇ ਨੇ, ਗ੍ਰਹਿ ਮੰਤਰੀ ਰਹੇ ਨੇ, ਰਾਸ਼ਟਰਪਤੀ ਤਾਂ ਰਹੇ ਨੇ, DGP ਰਹੇ ਨੇ, ਉਹਨਾਂ ਨੂੰ ਦੇਖੋ ਕੋਈ ਫਰਕ ਨਹੀਂ ਪੈਂਦਾ। ਸਰੂਪ ਉਸ ਵਿੱਚ ਕਿਸੇ ਵਿੱਚ ਰਹਿ ਕੇ ਵੀ ਕੋਈ, ਪਰ ਉਹਨਾਂ ਨੂੰ ਜੇ ਜਦੋਂ ਰੜਕੀ ਆ ਗੈਰਤ ਰੜਕੀ ਆ, ਅਣਖ ਰੜਕੀ ਆ। ਗੱਲ ਕਿਸੇ ਭਿੰਡਰਾਂ ਵਾਲਿਆਂ ਦੀ ਜਾਂ ਖਾੜਕੂਆਂ ਦੀ ਨਹੀਂ ਸੀ, ਗੱਲ ਤਾਂ ਕੌਮ ਨੂੰ ਸਬਕ ਸਿਖਾਉਣਾ ਸੀ, ਕੌਮ ਨੂੰ ਇਹ ਦੱਸਣਾ ਸੀ ਕਿ ਤੁਸੀਂ ਗੁਲਾਮ ਹੋ। ਜੇ ਸਬਕ ਸਿਖਾਉਣ ਦੀ ਗੱਲ ਨਾ ਹੁੰਦੀ ਅਤੇ ਜੋ ਕੁਛ ਜਿਸ ਢੰਗ ਨਾਲ ਹੋਇਆ, ਇਹਦੇ ਬਦਲਵੇਂ ਰੂਪ ਬਹੁਤ ਸਨ, ਪਰ ਉਹ ਨਹੀਂ ਵਰਤੇ, ਨਹੀਂ ਸਨ ਵਰਤਣੇ। ਗੱਲ ਤਾਂ ਸੀ ਕੇਵਲ ਕੌਮ ਦੀ ਗੈਰਤ ਰੋਲਣ ਦੀ, ਸਾਡਾ ਸਰੂਪ ਨਹੀਂ ਰੜਕਿਆ, ਸਾਡੀ ਗੈਰਤ ਰੜਕੀ। ਦੇਖੋ ਅਗਰ ਕੋਈ ਚੀਜ਼ ਕਿਸੇ ਨੂੰ ਰੜਕਦੀ ਹੈ, ਇਹਨਾਂ ਨੂੰ ਰੜਕਦੀ ਹੈ ਅਤੇ ਇਹ ਰੜਕਦੀ ਹੈ, ਜਿਵੇਂ ਬੇਨਤੀ ਕੀਤੀ, ਤੁਸੀਂ ਕਿਉਂ ਪੜ੍ਹਦੇ ਹੋ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਕਿਉਂ ਇਹ ਆਖਦੇ ਹੋ ਹਮ ਕਾਹੂੰ ਕੀ ਕਾਣ ਨਾ ਕੱਢਤੇ ਆਪਣੇ ਗੁਰਪ੍ਰਸਾਦੇ, ਕਿਉਂ ਜਿਹਨਾਂ ਮਨੁੱਖਾਂ ਨੇ ਇਹ ਗੱਲ ਕੀਤੀ ਵੀ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਉਹਨਾਂ ਮਨੁੱਖਾਂ ਨੂੰ ਇਹਨਾਂ ਨੇ ਹਮੇਸ਼ਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਆਪਾਂ ਸਾਹਮਣੇ ਹਾਂ ਦੁਨੀਆ ਦਾ ਬਿਹਤਰੀਨ ਗੁਰੀਲਾ ਯੁੱਧ ਦਾ ਮਾਹਰ ਜਨਰਲ ਸੁਵੇਗ ਸਿੰਘ, ਇਸੇ ਫੌਜ ਵਿੱਚ ਭਰਤੀ, ਇਹਨਾਂ ਦੀ ਫੌਜ ਵਿੱਚ ਹੀ ਭਰਤੀ ਸੀ ਨਾ, ਬਜਾਏ ਉਹਦੀਆਂ ਸੇਵਾਵਾਂ ਲੈਂਦੇ, ਉਹ ਤੋਂ ਕੋਈ ਲਾਭ ਲੈਂਦੇ, ਲਾਭ ਲੈਣ ਦੀ ਜਾਂ ਦਾਨ ਦੇ, ਚੂੰਕਿ ਉਹਦੇ ਮਨ ਵਿੱਚ ਜਰਾ ਕੋ ਰੜਕ ਦੇਖ ਲਈ, ਇੱਕ ਗੈਰਤ ਵੇਖ ਲਈ, ਪਰ ਲੇਕਿਨ ਜੋ ਹਸ਼ਰ ਜਨਰਲ ਸੁਵੇਗ ਸਿੰਘ ਦਾ ਇਹਨਾਂ ਲੋਕਾਂ ਨੇ ਕੀਤਾ ਉਹ ਆਪ ਜੀ ਦੇ ਸਾਹਮਣੇ। ਦੇਖੋ ਇਹ ਸਾਡੇ ਲਈ ਕੋਈ ਨਵਾਂ ਨਹੀਂ, ਆਪਾਂ ਆਖੀਏ ਵੀ ਕੋਈ ਨਵੀਂ ਗੱਲ ਆਈ ਆ, ਮੁੱਢ ਪੁਰਾਣਿਆਂ ਤੋਂ ਚੱਲਦੀ ਆਈ ਹੈ, ਭਾਵੇਂ ਉਹ ਸਿੱਖਾਂ ਲਈ ਕਾਨੂੰਨ ਵੱਖਰਾ, ਭਾਵੇਂ ਉਹ ਕਿਸੇ ਫੌਜ ਵਿੱਚ ਤਰੱਕੀ ਹੋਵੇ, ਭਾਵੇਂ ਪੁਲਿਸ ਵਿੱਚ ਤਰੱਕੀ ਹੋਵੇ, ਭਾਵੇਂ ਕਿਸੇ ਹੋਰ ਆਪਣੇ ਅਹੁਦਿਆਂ 'ਤੇ ਹੋਵੇ, ਪਰ ਸਿੱਖਾਂ ਲਈ ਬਿਲਕੁਲ ਗੱਲ ਵੱਖਰੀ ਹੈ। ਸਾਰਾ ਸੰਘਰਸ਼ ਜਿਹੜਾ ਚੱਲਿਆ, ਜਿਹਦੀ ਇਹ ਗੱਲ ਕਰਦੇ ਨੇ, ਇਹ ਵਧੀਕਿਆਂ ਦੇ ਰੋਸ ਵਜੋਂ ਉੱਠਿਆ ਚੱਲਿਆ, ਪਰ ਉੱਥੇ ਮੈਂ ਵੀ ਬੇਨਤੀ ਕਰਾਂ ਆਪਣੇ ਅਧਿਕਾਰ ਲੈਣ ਦੀ ਗੱਲ ਕਰਨ ਤੋਂ ਉੱਠਿਆ।
ਅਧਿਕਾਰ ਲੈਣ ਲਈ ਕੁਦਰਤੀ ਹੈ, ਟਾਰਾਂ ਮਾਰਨੀਆਂ ਜ਼ਰੂਰੀ ਨਹੀਂ, ਤੁਹਾਨੂੰ ਬਰਾਬਰ ਉੱਠਣਾ ਪੈਂਦਾ। ਮੰਗਿਆਂ 'ਤੇ ਕੋਈ ਭਿੱਖ ਨਹੀਂ ਦਿੰਦਾ। ਜਦੋਂ ਅਧਿਕਾਰ ਲੈਣੇ ਨੇ, ਅਧਿਕਾਰ ਲੈਣ ਲਈ ਤੁਹਾਨੂੰ ਬਰਾਬਰ ਉੱਠਣਾ ਪੈਂਦਾ, ਬਰਾਬਰ ਖੜੋਣਾ ਪੈਂਦਾ। ਇੱਕ ਇਹ ਵੀ ਗੱਲ ਚੱਲਦੀ ਹੈ, ਆਪਣੀ ਹੋਂਦ ਦਾ ਅਹਿਸਾਸ ਕਰਾਉਣਾ ਪੈਂਦਾ। ਇਹ ਵੀ ਗੱਲ ਚੱਲਦੀ ਹੈ ਇੱਕ ਕਿ ਦੇਖੋ ਜੀ, ਸੰਘਰਸ਼ ਚੱਲਿਆ, ਸੰਘਰਸ਼ ਵਿੱਚ ਹਥਿਆਰ ਨਹੀਂ ਸੀ ਚੁੱਕਣੇ ਚਾਹੀਦੇ। ਮੈਂ ਹਥਿਆਰਬੰਦ ਸੰਘਰਸ਼ ਦੀ ਜਿਹੜੀ ਕੋਈ ਪ੍ਰੋੜਤਾ ਨਹੀਂ ਕਰ ਰਿਹਾ, ਪਰ ਸਾਨੂੰ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਦਾਇਤ ਦਿੱਤੀ ਹੈ, ਇੱਕ ਸੇਧ ਦਿੱਤੀ ਹੈ, ਉਹਨਾਂ ਦੇ ਨੇ ਹਰ ਹੀਲਾ ਵਰਤੋ, ਕਾਰਗਰ ਤੋਂ ਕਾਰਗਰ ਜਿਹੜਾ ਸਾਬਤ ਹੋ ਸਕਦਾ, ਹਰ ਹਰਬਾ ਵਰਤੋ। ਨੈਗੋਸੀਏਸ਼ਨ ਵੀ ਜਿਹੜੀ ਹੈ ਪਹਿਲੀ ਪੌੜੀ ਹੈ, ਬੈਠੋ, ਲਿਖ ਜਾਓ, ਸਭ ਕੁਛ ਕਰ ਲਓ, ਪਰ ਜਦੋਂ ਕੋਈ ਵੀ ਹੀਲਾ ਕਾਰਗਰ ਸਾਬਤ ਨਾ ਹੋਵੇ ਫਿਰ ਕੀ ਕਰੋਗੇ? ਫਿਰ ਆਖਦੇ ਨੇ ਉੱਥੇ ਸਤਿਗੁਰਾਂ ਸਾਨੂੰ ਆਖਿਆ ਕਿ ਉੱਥੇ ਝੂੰਕਾ ਰਜ਼ਮ ਹੈ ਹੀਲ 'ਤੇ ਦਰਗੁਜ਼ਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਦੇਖੋ, ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਹਥਿਆਰ ਨਹੀਂ ਚੱਕਣੇ ਚਾਹੀਦੇ, ਪਰ ਮੈਂ ਇਹਦਾ ਜੇ ਆਪਾਂ ਦੂਜੇ ਪਾਸੋਂ ਪੁੱਛ ਲਈਏ, ਹਥਿਆਰ ਚੁੱਕਣ ਲਈ ਮਜਬੂਰ ਕਰਦਾ ਕੌਣ ਹੈ? ਕੀ ਉਹ ਗੁਨਾਹਗਾਰ ਨਹੀਂ? ਅੱਗ ਹੈ, ਪਾਣੀ ਹੈ, ਬੜਾ ਠੰਡਾ, ਉਹ ਹਮੇਸ਼ਾ ਨਿਮਾਣ ਨੂੰ ਜਾਂਦਾ, ਜਦੋਂ ਮਰਜ਼ੀ ਸਿੱਟ ਦਿਓ ਹਮੇਸ਼ਾ ਨਿਮਾਣ ਨੂੰ ਜਾਂਦਾ, ਇਹ ਤੋਂ ਜ਼ਿਆਦਾ ਨਿਮਰਤਾ ਕਿਸੇ ਵਿੱਚ ਨਹੀਂ ਹੋਣੀ। ਪਰ ਜਦੋਂ ਪਾਣੀ ਨੂੰ ਫਿਰ ਗਰਮ ਕਰੋਗੇ, ਉਹ ਭਾਫ਼ ਬਣ ਜਾਂਦਾ, ਚਲੋ ਛੱਡੋ ਕਹਿੰਦਾ, ਉੱਡ ਜਾ, ਉੱਪਰ ਉੱਠ ਜਾਂਦਾ। ਅਤੇ ਜੇ ਫਿਰ ਭਾਫ਼ ਨੂੰ ਵੀ ਡੱਕਣ ਦੀ ਕੋਸ਼ਿਸ਼ ਕਰੋਗੇ ਫਿਰ ਕੀ ਹੁੰਦਾ? ਫਿਰ ਵਿਸਫੋਟਕ ਹੁੰਦਾ। ਸਾਡੇ ਨਾਲ ਇਹ ਨੈਚੁਰਲ ਫੈਕਟ ਜਿਹੜਾ ਉਹ ਇਹ ਕੁਝ ਵਰਤਿਆ। ਜੇ ਆਪਾਂ ਹੋਰ ਗੱਲ ਨੂੰ ਆਪਾਂ ਖੁਲਾਸਾ ਕਰੀਏ, ਮੈਂ ਨਹੀਂ ਆਉਂਦਾ ਗੱਲਬਾਤ ਦਾ ਤਰੀਕਾ ਗਲਤ ਹੈ, ਪਰ ਇਤਿਹਾਸਿਕ ਮਿਸਾਲਾਂ ਸਾਡੇ ਸਾਹਮਣੇ ਪਈਆਂ ਨੇ। ਸ਼੍ਰੀ ਰਾਮ ਚੰਦਰ ਜੀ ਮੌਕੇ ਦੇ ਅਵਤਾਰ ਨੇ ਅਤੇ ਰਾਵਣ ਨਾਲ ਯੁੱਧ ਲੜ ਰਹੇ ਨੇ, ਕੀ ਗੱਲ? ਕੀ ਮੌਕੇ ਦੇ ਅਵਤਾਰ ਉਹਨਾਂ ਕੋਲ ਦਲੀਲ ਘੱਟ ਸੀ? ਕੀ ਉਹ ਨੈਗੋਸ਼ੀਏਟ ਕਰ ਨਹੀਂ ਸੀ ਸਕਦੇ? ਕੀ ਉਹ ਡਿਪਲੋਮੇਸੀ ਵਰਤ ਕੇ ਕੋਈ ਉਸ ਢੰਗ ਦਾ ਹੀਲਾ ਨਹੀਂ ਸੀ ਅਪਣਾ ਸਕਦੇ? ਦੇਖੋ, ਜਿੱਥੇ ਗੱਲ ਆਉਣੀ ਹੈ ਕੋਈ ਬੰਦਾ ਕੋਈ ਗੱਲ ਸੁਣਦਾ ਹੀ ਨਹੀਂ। ਰਾਮ ਚੰਦਰ ਜੀ ਨੂੰ ਅਖੀਰ ਯੁੱਧ ਲੜਨਾ ਪਿਆ, ਹਥਿਆਰ ਚੱਕਣੇ ਪਏ ਔਰ ਉਹਨੂੰ ਮਾਰਨਾ ਵੀ ਪਿਆ। ਇਹ ਤੋਂ ਅੱਗੇ ਆਪਾਂ ਆ ਜਾਈਏ, ਇੱਥੇ ਬਸ ਗੱਲ ਨਹੀਂ ਹੁੰਦੀ।